ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਇਸ ਮੰਚ 'ਤੇ, ਸਟੂਡੀਓ ਦੇ ਵਿੱਚ ਔਰ ਇਸ ਚੈਨਲ ਦੇ ਉੱਤੇ। ਐਜੂਕੇਸ਼ਨ ਅਬਰੋਡ ਕੰਸਲਟੈਂਟ ਤੋਂ ਵੀਜ਼ਾ ਐਕਸਪਰਟ ਇੱਕ ਵਾਰ ਫਿਰ ਤੋਂ ਸਾਡੇ ਨਾਲ ਹਾਜ਼ਰ ਹੈ ਜਤਿੰਦਰ ਸਿੰਘ ਜੀ। ਸੋ ਐਜੂਕੇਸ਼ਨ ਅਬਰੋਡ ਕੰਸਲਟੈਂਟ ਦੀ ਗੱਲ ਕਰੀਏ ਤਾਂ ਯੂਕੇ ਸਟੱਡੀ ਵੀਜ਼ਾ ਨੂੰ ਲੈ ਕੇ, ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ, ਔਰ ਖਾਸ ਤੌਰ 'ਤੇ ਸ਼ੇਨਿਗਨ ਸਟੱਡੀ ਵੀਜ਼ਾ ਨੂੰ ਲੈ ਕੇ ਮੁਹਾਰਤ ਰੱਖਦੇ ਨੇ। ਅੱਜ ਤਿੰਨਾਂ ਮੁਲਕਾਂ ਬਾਰੇ ਚਰਚਾ ਕਰਾਂਗੇ, ਜਿਹੜੇ ਵਿਦਿਆਰਥੀ ਯੂਕੇ ਸਟੱਡੀ ਵੀਜ਼ਾ ਜਾਣਾ ਚਾਹੁੰਦੇ ਨੇ, ਜਿਹੜੇ ਵਿਦਿਆਰਥੀ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਜਾਂ ਫਿਰ ਸ਼ੇਨਿਗਨ ਸਟੱਡੀ ਵੀਜ਼ਾ 'ਤੇ ਜਾਣਾ ਚਾਹੁੰਦੇ ਨੇ, ਕਿਹੜੇ ਕਿਹੜੇ ਪ੍ਰੋਫਾਈਲ ਵਾਲੇ ਵਿਦਿਆਰਥੀ ਅਪਲਾਈ ਕਰ ਸਕਦੇ ਨੇ, ਕੀ ਖਾਸ ਰਹੇਗਾ, ਕਿੰਨਾ ਕੁ ਸਟੱਡੀ ਗੈਪ ਚੱਲੇਗਾ, ਵੀਜ਼ਾ ਸਕਸੈਸ ਰੇਟ ਕੀ ਰਹੇਗਾ, ਇਹਦੇ ਬਾਰੇ ਗੱਲਬਾਤ ਕਰਾਂਗੇ ਜਤਿੰਦਰ ਸਿੰਘ ਹੁਣਾਂ। ਜਤਿੰਦਰ ਜੀ, ਬਹੁਤ ਸਵਾਗਤ। ਧੰਨਵਾਦ ਮਨੀਸ਼ ਜੀ। ਜੀ, ਸੋ ਯੂਕੇ ਤੋਂ ਸ਼ੁਰੂਆਤ ਕਰ ਲਈਏ, ਮਈ ਸੈਸ਼ਨ ਕਿਵੇਂ ਚੱਲਿਆ? ਜਨਵਰੀ ਦੇ ਵਿੱਚ ਤਾਂ 100% ਵੀਜ਼ੇ ਆਏ ਜੀ, ਬਿਲਕੁਲ। ਮਈ ਸੈਸ਼ਨ ਲਈ ਬੱਚਿਆਂ ਨੂੰ ਕਲੀਅਰ ਨਹੀਂ ਹੋ ਰਿਹਾ ਕਿ ਕਿਹੜੀ ਯੂਨੀਵਰਸਿਟੀ ਖਾਲੀ ਹੈ, ਕਿਹੜੀ ਨਹੀਂ ਖਾਲੀ। ਪ੍ਰਮੋਸ਼ਨ ਹਰ ਇੱਕ ਕੰਸਲਟੈਂਟ ਕਰ ਰਿਹਾ, ਪਰ ਯੂਨੀਵਰਸਿਟੀਆਂ ਦਾ ਭੇਤ ਕਿਸੇ ਨੂੰ ਨਹੀਂ ਹੈ। ਜੇ ਆਪਾਂ ਮਨੀਸ਼ ਜੀ ਕਰੀਏ ਬੈਚਲਰ ਵਾਲੇ ਬੱਚਿਆਂ ਦੀ ਗੱਲ, ਜਿਹੜੇ ਬੱਚਿਆਂ ਨੇ ਇੱਥੇ ਪਲੱਸ ਟੂ ਕੀਤੀ ਹੋਈ ਬੈਚਲਰ ਲਈ ਜਾਣਾ ਚਾਹੁੰਦੇ ਨੇ, ਤੇ ਉਹਨਾਂ ਲਈ ਮੈਂ ਦੱਸਣਾ ਚਾਹੁੰਦਾ ਮਈ ਇਨਟੇਕ ਦੇ ਵਿੱਚ ਕਿ ਤੁਸੀਂ ਜਿੰਨੀ ਜਲਦੀ ਜੇ ਇੱਕ ਅੱਧੇ ਦਿਨ 'ਚ ਹੁੰਦਾ ਤਾਂ ਕੋਸ਼ਿਸ਼ ਕਰੋ ਕਿ ਸਾਡੇ ਕੋਲ ਪਹੁੰਚੋ ਅਤੇ ਅਪਲਾਈ ਕਰੋ ਜੇ ਤੁਸੀਂ ਮਈ ਇਨਟੇਕ 'ਤੇ ਜਾਣਾ ਚਾਹੁੰਦੇ ਹੋ, ਕਿਉਂਕਿ ਬੈਚਲਰ ਵਾਲੇ ਬੱਚਿਆਂ ਲਈ ਮਈ ਇਨਟੇਕ ਜਿਹੜੀ ਜਗ੍ਹਾ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘੱਟ ਹੈ। ਔਰ ਕੋਸ਼ਿਸ਼ ਕਰੋ ਜੇ ਬੱਚੇ ਬੈਚਲਰ 'ਤੇ ਅਪਲਾਈ ਕਰਨਾ ਚਾਹੁੰਦੇ ਹੋ, ਤੁਹਾਡੀ ਪਰਸੈਂਟੇਜ ਜੇ 60% ਓਵਰਆਲ ਹੈਗੀ ਹੈ, ਇੰਗਲਿਸ਼ ਦੇ ਵਿੱਚ ਜਿਹੜੇ ਨੰਬਰ ਨੇ ਘੱਟੋ ਘੱਟ ਜਿਹੜੇ ਨੰਬਰ ਨੇ ਉਹ 70 ਨੰਬਰ ਤੁਹਾਡੇ ਹੈਗੇ ਨੇ, ਤਾਂ ਤੁਸੀਂ ਵਿਦਆਊਟ ਆਇਲਸ ਵਾਲੇ ਆਪਸ਼ਨ 'ਚ ਜਾਓ। ਜੇ ਤੁਹਾਨੂੰ ਕੋਈ ਕਹਿ ਰਿਹਾ ਕਿ ਤੁਹਾਡੇ 60 ਨੰਬਰ ਨੇ ਇੰਗਲਿਸ਼ 'ਚ, ਤੁਸੀਂ ਅਪਲਾਈ ਕਰ, ਤੁਹਾਡੇ ਆਫਰ ਲੈਟਰ ਆਜੂਗਾ, ਤਾਂ ਕਿਤੇ ਨਾ ਕਿਤੇ ਤੁਹਾਨੂੰ ਕੈਸ਼ ਦੇ ਟਾਈਮ ਜਾ ਕੇ ਪ੍ਰੋਬਲਮ ਆਉਣੀ ਹੈ। ਸੋ ਹੁਣੇ ਕੋਸ਼ਿਸ਼ ਕਰੋ, ਜਿਹੜਾ ਬੱਚਾ ਮਈ ਇਨਟੇਕ ਲਈ ਬੈਚਲਰ 'ਚ ਜਾਣਾ ਚਾਹੁੰਦਾ ਉਹ ਬੱਚੇ ਦੇ ਇੰਗਲਿਸ਼ 'ਚ 70 ਨੰਬਰ ਹੋਣ ਘੱਟੋ ਘੱਟ, ਔਰ ਪਲੱਸ ਟੂ 'ਚ ਓਵਰਆਲ ਪਰਸੈਂਟੇਜ 60% ਹੈ, ਔਰ ਪਾਸ ਆਊਟ ਤੁਸੀਂ ਜੇਕਰ 16-17 ਹੈਗੇ ਹੋ, ਘੱਟੋ ਘੱਟ 17 ਪਾਸ ਆਊਟ ਤੁਸੀਂ ਹੋਣੇ ਚਾਹੀਦੇ ਹੋ, ਕਿਉਂਕਿ ਗਾਈਡਲਾਈਨਸ ਨੂੰ ਡੇ ਬਾਏ ਡੇ ਯੂਨੀਵਰਸਿਟੀਜ਼ ਵੱਲੋਂ ਚੇਂਜ ਹੋ ਰਹੀਆਂ ਨੇ। ਉਹ ਨਾ ਹੋਏ ਕਿ ਤੁਹਾਡੇ ਆਫਰ ਲੈਟਰ ਆ ਜਾਣ, ਤੁਸੀਂ ਆਪਣਾ ਡਿਪੋਜ਼ਿਟ ਕਰਵਾ ਦਿਓ ਉੱਥੇ, ਜਿਹੜੀ ਸਟਾਰਟਿੰਗ 2000 3000 ਜਾਂ 4000 ਪਾਊਂਡ ਦੀ ਯੂਨੀਵਰਸਿਟੀਆਂ ਮੰਗ ਰਹੇ, ਤੁਸੀਂ ਉਹ ਪੇ ਕਰ ਦਿਓ। ਉਸ ਤੋਂ ਬਾਅਦ ਤੁਹਾਨੂੰ ਕੈਸ਼ ਦੇ ਦੌਰਾਨ ਪ੍ਰੋਬਲਮ ਆਏਗੀ, ਯੂਨੀਵਰਸਿਟੀ ਜਾਂ ਤਾਂ ਆਇਲਸ ਦੀ ਕੰਡੀਸ਼ਨ ਲਾ ਦੇ ਜਾਂ ਤੁਹਾਡੇ ਗੈਪ ਦੀ ਕੰਡੀਸ਼ਨ ਲਾ ਦੇ, ਤੁਹਾਨੂੰ ਬਾਅਦ 'ਚ ਫਿਰ ਤੋਂ ਫੀਸਾਂ ਵਾਪਸ ਮੰਗਾਉਣੀਆਂ ਪੈਂਦਾ, ਤੁਸੀਂ ਫਿਰ ਤੋਂ ਦੇਖੋ ਕਿਸ ਨੂੰ ਕਿੱਦਾਂ ਜਾਈਏ। ਸੋ ਹੁਣੇ ਆਪਣੀ ਫਾਈਲ ਜਿਹੜੀ ਹੈ ਜਾਂਚ ਪਰਖ ਕੇ ਅਪਲਾਈ ਕਰੋ, ਔਰ ਇੱਕ ਚੰਗੇ ਕੰਸਲਟੈਂਟ ਦੀ ਸਰਚ ਕਰਕੇ ਫਿਰ ਅਪਲਾਈ ਕਰੋ। ਉਸ ਤੋਂ ਬਾਅਦ ਦੂਜੀ ਆਪਸ਼ਨ ਹੈ ਜਿਹੜੇ ਬੱਚੇ ਮਾਸਟਰ ਲਈ ਜਾਣਾ ਚਾਹੁੰਦੇ ਨੇ, ਮਾਸਟਰ ਵਾਸਤੇ ਮਈ ਇਨਟੇਕ ਦੇ ਵਿੱਚ ਬਹੁਤ ਸਾਰੀਆਂ ਆਪਸ਼ਨ ਨੇ। ਆਪਾਂ ਜੇ ਆਊਟਰ ਲੰਡਨ 'ਚ ਗੱਲ ਕਰੀਏ ਤਾਂ ਵੀ ਬਹੁਤ ਆਪਸ਼ਨ ਨੇ, ਇਨਰ ਲੰਡਨ 'ਚ ਗੱਲ ਕਰੀਏ ਤਾਂ ਵੀ ਬਹੁਤ ਆਪਸ਼ਨ ਨੇ, ਵਾਈਡ ਰੇਂਜ ਹੈ ਯੂਨੀਵਰਸਿਟੀਜ਼ ਦੀ ਮਨੀਸ਼ ਜੀ ਦੇ ਵਿੱਚ। ਔਰ ਮਈ ਇਨਟੇਕ ਵਾਸਤੇ ਖਾਸ ਤੋਹਫਾ ਹੈ ਬੱਚਿਆਂ ਲਈ ਇੱਕ, ਕਿ ਹੁਣ ਮਈ ਇਨਟੇਕ ਦੇ ਵਿੱਚ ਜਿਹੜੇ ਬੱਚੇ ਮਾਸਟਰ ਲਈ ਜਾਣਾ ਚਾਹੁੰਦੇ ਨੇ, ਓਵਰਆਲ ਜੇਕਰ ਤੁਹਾਡੇ ਬੈਂਡ 5.5 ਨੇ, ਇੱਕ ਜਾਂ ਦੋ ਮੋਡਿਊਲ ਦੇ ਵਿੱਚ ਬੈਂਡ ਤੁਹਾਡੇ 5 ਨੇ, ਬੈਚਲਰ ਤੋਂ ਬਾਅਦ ਤੁਹਾਡਾ 2-4-5-6 ਸਾਲ ਦਾ ਗੈਪ ਹੈ, ਤੁਹਾਡੀ ਪਰਸੈਂਟੇਜ ਜਿਹੜੀ ਹੈ ਬੈਚਲਰ ਦੇ ਵਿੱਚ 50% ਹੈ, ਯਾਨੀ ਕਿ ਜੇ ਤੁਹਾਡੀ ਸੈਕਿੰਡ ਡਿਵੀਜ਼ਨ ਹੈ ਬੈਚਲਰ ਦੇ ਵਿੱਚ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਥਰਡ ਡਿਵੀਜ਼ਨ ਹੈ ਬੈਚਲਰ ਦੇ ਵਿੱਚ ਤਾਂ ਵੀ ਤੁਸੀਂ ਮਾਸਟਰ ਲਈ ਅਪਲਾਈ ਕਰ ਸਕਦੇ ਹੋ। ਯੂਕੇ ਦੇ ਵਿੱਚ 5.5 ਬੈਂਡ ਦੇ ਨਾਲ, ਨੋਟ ਲੈਸ ਦੈਨ 5 ਬੈਂਡ ਦੇ ਨਾਲ, ਪਰ ਇਹਦੇ ਵਿੱਚ ਇੱਕ ਖਾਸ ਗੱਲ ਜਿਹੜੀ ਮੈਂ ਉਹ ਇੱਥੇ ਖੁੱਲ੍ਹ ਕੇ ਦੱਸਣਾ ਚਾਹੂੰਗਾ, ਸ਼ਾਇਦ ਹਰੇਕ ਕੰਸਲਟੈਂਟ ਮੈਨੂੰ ਲੱਗਦਾ ਕਿ ਚੀਜ਼ਾਂ ਡਿਸਕਲੋਜ਼ ਨਹੀਂ ਕਰਦੇ ਕਿ ਤੁਹਾਡੀ ਐਡਮਿਸ਼ਨ ਜਿਹੜੀ ਉਹ ਕਿਸ ਕ੍ਰਾਈਟੇਰੀਆ 'ਤੇ ਹੋਣੀ ਹੈ। ਸੋ ਜੇਕਰ ਤੁਹਾਡੇ ਬੈਂਡ 6 ਨੇ, ਤੁਸੀਂ ਡਾਇਰੈਕਟਲੀ ਮਾਸਟਰ 'ਚ ਜਾਓਗੇ, ਪਰ ਜੇਕਰ ਤੁਹਾਡੇ ਬੈਂਡ 5.5 ਨੇ ਜਾਂ ਤੁਸੀਂ ਵਿਦਆਊਟ ਆਇਲ ਸਪਲਾਈ ਕਰ ਰਹੇ ਹੋ ਔਰ ਪਰਸੈਂਟੇਜ ਵੀ ਤੁਹਾਡੀ ਲੋ ਹੈ, ਤਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ 3-4 ਮਹੀਨੇ ਦਾ ਪ੍ਰੀ ਮਾਸਟਰ ਦਾ ਕੋਰਸ ਲੈਣਾ ਪੈਣਾ। ਉਹਦਾ ਫੀਸ ਡਿਪੋਜ਼ਿਟ ਜਿਹੜਾ ਕੋਈ ਜ਼ਿਆਦਾ ਨਹੀਂ ਹੋਣਾ, ਯਾਨੀ ਕਿ ਤੁਹਾਡੇ 8-9 ਹਜ਼ਾਰ ਪਾਉਂਡ ਹੋਣੀ ਹੈ। ਸਿਰਫ 2-3 ਮੰਥ ਦੀ ਪ੍ਰੀ ਮਾਸਟਰ ਹੈ, ਤੁਹਾਡਾ 1.5 ਸਾਲ ਦਾ ਕੋਰਸ ਕੰਪਲੀਟ ਹੋਊਗਾ ਔਰ ਤੁਹਾਡਾ PSW ਉਸ ਤੋਂ ਬਾਅਦ ਤੁਹਾਨੂੰ ਮਿਲੂਗਾ। ਜਿਹੜੀ ਫੀਸ ਹੈ ਇਹਦੇ ਵਿੱਚ ਖਾਸ ਗੱਲ ਹੈ ਕਿ ਜਿੰਨੇ ਵੀ ਬੱਚੇ ਸਾਡੇ ਕੋਲ ਆਉਣ ਵਾਲੇ 10-15 ਦਿਨ 'ਚ ਅਪਲਾਈ ਕਰਦੇ ਨੇ, ਹਰੇਕ ਬੱਚੇ ਨੂੰ ਅਸੀਂ ਗਰੰਟਿਡ ਜਿਹੜੀ ਹੈਗੀ 3500 ਪਾਉਂਡ ਦੀ ਜਿਹੜੀ ਹੈ ਸਕਾਲਰਸ਼ਿਪ ਬੱਚੇ ਨੂੰ ਲਗਵਾ ਕੇ ਦੇਵਾਂਗੇ ਹੀ ਦੇਵਾਂਗੇ ਜੀ। ਸੋ 3500 ਪਾਉਂਡ ਸਕਾਲਰਸ਼ਿਪ ਦਾ ਮਤਲਬ ਇਹ ਬਣਦਾ ਕਰੀਬ 3,00,000 ਰੁਪਇਆ। ਸੋ 3,00,000 ਰੁਪਏ ਦੀ ਸਕਾਲਰਸ਼ਿਪ ਮਿਲੇਗੀ ਜੇਕਰ ਤੁਸੀਂ ਐਜੂਕੇਸ਼ਨ ਅਬਰੋਡ ਕੰਸਲਟੈਂਟ ਰਾਹੀਂ ਅਪਲਾਈ ਕਰਦੇ ਹੋ। ਤੁਹਾਡੇ ਆਈਲੈਟਸ 6 ਬੈਂਡ ਆ, 5.5 ਬੈਂਡ ਆ, ਜਾਂ ਅੰਗਰੇਜ਼ੀ 70% ਨੰਬਰ ਆ, ਯੂਕੇ ਜਾਣਾ ਚਾਹੁੰਦੇ ਹੋ, ਸਿੰਗਲ ਜਾਣਾ ਚਾਹੁੰਦੇ ਹੋ, ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ, ਐਜੂਕੇਸ਼ਨ ਅਬਰੋਡ ਕੰਸਲਟੈਂਟ ਨੂੰ ਸੰਪਰਕ ਕਰ ਸਕਦੇ ਹੋ। ਸੋ ਬਹੁਤ ਸਾਰੇ ਏਜੰਟਸ ਕਹਿ ਰਹੇ ਕਿ ਸਤੰਬਰ ਸੈਸ਼ਨ ਦੀ ਐਡਮਿਸ਼ਨਸ ਸ਼ੁਰੂ ਹੋ ਚੁੱਕੀਆਂ ਨੇ ਔਰ ਮਹੀਨੇ 1.5 ਮਹੀਨੇ ਤੱਕ ਸਤੰਬਰ ਸੈਸ਼ਨ ਵੀ ਖਤਮ ਹੋ ਜੂਗਾ, ਕਿਉਂਕਿ ਇਹ ਸੱਚ ਹੈ। ਕਿਉਂਕਿ ਮਨੀਸ਼ ਜੀ, ਆਪਾਂ ਤੁਸੀਂ ਵੀ ਮਿਲਦਾ ਰੈਗੂਲਰ ਸ਼ੋਅਸ ਕਰ ਰਹੇ, ਤੁਸੀਂ ਵੀ ਦੇਖ ਰਹੇ ਹੋ ਕਿ ਜਿਹੜੇ ਯੂਕੇ ਦੇ ਰੂਲਸ ਨੇ ਉਹ ਡੇ ਬਾਏ ਡੇ ਬੜੇ ਚੰਗੇ ਹੁੰਦੇ ਜਾ ਰਹੇ ਨੇ ਕਿਸੇ ਸਟੂਡੈਂਟ ਦੇ ਪੱਖ ਨੂੰ ਲੈ ਕੇ। ਜੇ ਆਪਾਂ ਗੱਲ ਕਰੀਏ ਪੁਰਾਣੀ ਜਿਹੜੀ ਅਪਡੇਟ, ਹੁਣ ਪਿਛਲੇ ਸ਼ੋਅ 'ਚ ਵੀ ਆਪਾਂ ਡਿਸਕਸ ਕੀਤਾ ਸੀ, ਅਪਡੇਟ ਆਈ ਸੀ ਕਿ 1 ਜਨਵਰੀ 2021 ਤੋਂ ਪੁਆਇੰਟ ਬੇਸ ਸਿਸਟਮ ਸਟਾਰਟ ਹੋ ਜਾਣਾ, ਜਿਹਦੇ ਵਿੱਚ ਇੰਪਲੋਇਮੈਂਟ ਦੀ ਜਿਹੜੀ ਸੈਲਰੀ ਸੀ ਉਹ 5-6 ਹਜ਼ਾਰ ਪਾਉਂਡ ਘਟਾਤੀ ਗਈ, ਤਾਂ ਕਿ ਇੱਕ ਸਖਾਲਾ ਹੋ ਜਾਵੇ ਕਿਤੇ ਨਾ ਕਿਤੇ ਬੱਚੇ ਨੂੰ ਉੱਥੇ PR ਦੇ ਲਈ, ਅੱਗੇ ਵਰਕ ਦੇ ਲਈ ਜਾਂ ਸੈਟਲਮੈਂਟ ਦੇ ਲਈ। ਸੋ ਇਸੇ ਕਰਕੇ ਜਿਹੜਾ ਸਟੂਡੈਂਟ ਦਾ ਰੁਝਾਨ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਆਪਾਂ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਅੱਜ 6 ਬੈਂਡ ਵਾਲਾ ਬੱਚਾ, 6.5 ਬੈਂਡ ਵਾਲਾ ਬੱਚਾ ਉਹ ਵੀ ਕੈਨੇਡਾ 'ਚ ਰਿਜੈਕਸ਼ਨ ਲੈ ਕੇ
ਔਰ ਦੂਜੀ ਗੱਲ ਸ਼ਰਤਾਂ ਬਹੁਤ ਲੀਨੀਅੰਟ ਨੇ, ਜਿਹੜਾ ਸਕਸੈਸ ਰੇਟ ਹਜੇ ਤੱਕ 100% ਹੈ, ਆਇਲਸ ਨਹੀਂ ਕੀਤੀ, ਪਰਸੈਂਟੇਜ ਇੰਗਲਿਸ਼ 'ਚ ਚੰਗੀ ਹੈ ਤਾਂ ਜਾ ਸਕਦੇ ਹੋ, ਇੰਗਲਿਸ਼ ਦੀ ਪਰਸੈਂਟੇਜ ਲੋਅ ਹੈ ਆਇਲਸ ਕੀਤੀ ਹੋਈ ਹੈ ਤਾਂ ਵੀ ਜਾ ਸਕਦੇ ਹੋ, ਓਵਰਆਲ ਪਰਸੈਂਟੇਜ ਘੱਟ ਹੈ ਤਾਂ ਵੀ ਤੁਸੀਂ ਯੂਕੇ ਜਾ ਸਕਦੇ ਹੋ। ਸੋ ਹਰੇਕ ਸਟੂਡੈਂਟ ਨੂੰ ਆਪਸ਼ਨ ਮਿਲਣੀ ਸਟਾਰਟ ਹੋ ਗਈ, ਇਸ ਕਰਕੇ ਕਿਤੇ ਨਾ ਕਿਤੇ ਰਸ਼ ਵੱਧ ਗਿਆ। ਹੁਣ ਜਿਵੇਂ ਰੀਸੈਂਟ ਜਿਹੜੀ ਇੱਕ ਲਿਸਟ ਜਾਰੀ ਸੀ ਯੂਕੇ ਵੀਜ਼ਾ ਦੇ, 93% ਜਿਹੜੇ ਵੀਜ਼ਾ ਰੇਟ ਉਹ ਇਨਕਰੀਜ਼ ਹੋਇਆ ਯੂਕੇ ਦੇ ਵਿੱਚ, ਜਿਹੜਾ ਇੰਡੀਅਨ ਸਟੂਡੈਂਟ ਨੂੰ ਵੀਜ਼ਾ ਮਿਲਣੇ ਸਭ ਤੋਂ ਟੋਪ 'ਤੇ, ਜਿਹੜੇ ਅੱਜ ਦੀ ਡੇਟ 'ਚ ਇੰਡੀਆ ਦੇ ਬੱਚਿਆਂ ਨੂੰ ਵੀਜ਼ੇ ਉੱਥੇ ਦਿੱਤੇ ਜਾ ਰਹੇ ਨੇ, ਔਰ ਕਿਤੇ ਨਾ ਕਿਤੇ ਅੱਜ ਸਟੂਡੈਂਟ ਬਹੁਤ ਜ਼ਿਆਦਾ ਜਾ ਰਿਹਾ। ਸੋ ਮਈ ਇਨਟੇਕ 'ਚ ਸੀਟਾਂ ਕਾਫੀ ਸੀ ਪਰ ਬੱਚੇ ਨੇ ਜ਼ਿਆਦਾ ਸੀ ਕਿ ਸੀਟਾਂ ਫੁੱਲ ਹੋ ਚੁੱਕੀਆਂ ਨੇ, ਬਹੁਤ ਘੱਟ ਸੀਟਾਂ ਬਚੀਆਂ ਨੇ। ਸੋ ਸਤੰਬਰ ਇਨਟੇਕ ਵੀ ਯੂਨੀਵਰਸਿਟੀਜ਼ ਨੇ ਇਸੇ ਕਰਕੇ ਹੁਣੇ ਓਪਨ ਕਰਦਾ, ਹੋ ਸਕਦਾ ਤੁਹਾਡੇ ਤੁਸੀਂ ਸੋਚੋ ਕਿ ਅਸੀਂ ਜੁਲਾਈ ਅਗਸਤ ਜਾ ਕੇ ਅਪਲਾਈ ਕਰਾਂਗੇ, ਜੂਨ ਜੁਲਾਈ 'ਚ ਅਪਲਾਈ ਕਰਾਂਗੇ, ਤਾਂ ਉਦੋਂ ਤੱਕ ਤੁਹਾਨੂੰ ਸਤੰਬਰ 2020 ਦੀ ਵੀ ਯੂਕੇ ਦੇ ਵਿੱਚ ਸੀਟ ਨਾ ਮਿਲੇ। ਸੋ ਜਿਹੜਾ ਬੱਚਾ ਸਤੰਬਰ ਲਈ ਜਾਣਾ ਚਾਹੁੰਦਾ, ਕੋਸ਼ਿਸ਼ ਕਰੋ ਕਿ 31 ਮਾਰਚ ਤੋਂ ਪਹਿਲਾਂ ਆਪਣੇ ਜਿਹੜੇ ਸਾਰੇ ਡਾਕੂਮੈਂਟ ਨੇ ਆਪਣੇ ਏਜੰਟਸ ਨੂੰ ਦੋ ਵਾਰ ਯੂਨੀਵਰਸਿਟੀ ਵਿੱਚ ਅਪਲਾਈ ਕਰਾ ਦਿਓ ਤਾਂ ਕਿ ਤੁਹਾਡੀ ਸੀਟ ਰਿਜ਼ਰਵ ਹੋ ਸਕੇ। ਔਰ ਦੂਜੀ ਗੱਲ ਇਹ ਹੈ ਕਿ ਤੁਹਾਡੀ ਆਫਰ ਲੈਟਰ ਆ ਗਈ ਮਾਰਚ ਦੇ ਵਿੱਚ, ਤੁਸੀਂ ਸੋਚੋ ਕਿ ਮੈਂ ਫੀਸ ਜਾ ਕੇ ਭਰੂੰਗਾ ਇਹਦੀ ਜੁਲਾਈ ਦੇ ਵਿੱਚ ਕਿਉਂਕਿ ਮੇਰੇ ਕੋਲ ਆਫਰ ਲੈਟਰ ਆ ਗਈ, ਮੇਰੀ ਸੀਟ ਬਣ ਗਈ। ਇਹ ਗੱਲ ਬਿਲਕੁਲ ਨਹੀਂ ਹੋਣੀ ਜਿਵੇਂ ਕੈਨੇਡਾ 'ਚ ਹੁੰਦਾ ਕਿ ਜੇਕਰ ਤੁਸੀਂ ਆਫਰ ਲੈਟਰ ਤੋਂ ਬਾਅਦ ਫੀਸ ਭਰ ਦਿਓ ਤਾਂ ਸੀਟ ਕਨਫਰਮ ਹੋਣੀ ਹੈ। ਸੇਮ ਉਹੀ ਚੀਜ਼ ਯੂਕੇ 'ਚ, ਜੇਕਰ ਤੁਹਾਡਾ ਮਿਨੀਮਮ ਅਮਾਊਂਟ ਕੋਈ ਤੁਹਾਡੇ ਤੋਂ £2,000 £3,000 ਕਿਸੇ ਯੂਨੀਵਰਸਿਟੀ ਨੇ ਡਿਮਾਂਡ ਕੀਤਾ ਤਾਂ ਸਟਾਰਟਿੰਗ 'ਚ ਭਰ ਦਿਓ ਤਾਂ ਕਿ ਸੀਟ ਤੁਹਾਡੀ ਪ੍ਰੋਪਰ ਰਿਜ਼ਰਵ ਰਹਿ ਸਕੇ। ਔਰ ਕੋਸ਼ਿਸ਼ ਕਰੋ ਕਿ ਜੇਕਰ ਜਿਹੜਾ ਬੱਚਾ ਅੱਗੋਂ ਤੋਂ 1 ਸਾਲ ਦੀ ਫੀਸ ਭਰੂਗਾ, ਯਾਨੀ ਕਿ ਜਿਹੜਾ ਬੱਚਾ 1 ਸਾਲ ਦੀ ਫੀਸ ਜਿਹੜੀ 12-14 ਹਜ਼ਾਰ ਪਾਉਂਡ ਹੈ, ਜਾਂ ਕਿਸੇ ਬੱਚੇ ਚਾਹੇ 10-12 ਹਜ਼ਾਰ ਪਾਉਂਡ ਹੈ, ਕੋਸ਼ਿਸ਼ ਕਰੋ ਕਿ 1 ਸਾਲ ਦੀ ਫੀਸ ਪੇ ਕਰੋ। ਔਰ ਕਿਤੇ ਨਾ ਕਿਤੇ ਜੇ ਕੱਲ੍ਹ ਨੂੰ ਸ਼ਰਤਾਂ 'ਚ ਕੋਈ ਚੇਂਜ ਆਉਂਦਾ, ਕਿਉਂਕਿ ਹੋ ਸਕਦਾ ਕਿ ਸ਼ਰਤਾਂ 'ਚ ਚੇਂਜ ਹੋਣ ਕਿ ਸਾਲ ਦੀ ਫੀਸ ਯੂਨੀਵਰਸਿਟੀ ਨੇ ਮੰਗਣੀ ਸਟਾਰਟ ਕਰਨੀ ਹੈ, ਸੋ ਤੁਹਾਨੂੰ ਕੈਸ਼ ਦੇ ਦੌਰਾਨ ਕੋਈ ਪ੍ਰੋਬਲਮ ਨਾ ਆਏ, ਸਟਾਰਟਿੰਗ 'ਚ ਆਪਣੀ ਸਾਲ ਦੀ ਫੀਸ ਪੇ ਕਰੋ ਤਾਂ ਕਿ ਬੱਚਾ ਇੱਕ ਗੱਲ 'ਤੇ ਪਹਿਲੇ ਸਾਲ ਜਾ ਕੇ ਉਹਨੂੰ ਕੋਈ ਬੱਚੇ ਨੂੰ ਇਹ ਪ੍ਰੋਬਲਮ ਨਾ ਹੋਏ ਕਿ ਮੈਂ ਜਾ ਕੇ ਕਮਾਈ ਕਰਨੀ, ਅਗਲੀ ਫੀਸ ਭਰਨੀ ਹੈ, ਕਿਉਂਕਿ ਨੈਕਸਟ ਈਅਰ ਦੀ ਜਿਹੜੀ ਫੀਸ ਹੈ 2 ਸਾਲ ਨੇ ਚਾਹੇ 3 ਸਾਲ ਨੇ ਬੱਚਾ ਈਜ਼ਲੀ ਕੱਢ ਸਕਦਾ ਹੈ, ਕਿਉਂਕਿ ਸਕਾਲਰਸ਼ਿਪ ਇੱਥੇ ਅੱਜ ਦੀ ਡੇਟ 'ਚ ਮੈਨੂੰ ਲੱਗਦਾ ਕਿ ਜਿੰਨੇ ਕੁ ਬੱਚੇ ਅਸੀਂ ਭੇਜੇ ਹੈ ਸਤੰਬਰ ਇਨਟੇਕ 'ਚ ਜਨਵਰੀ ਇਨਟੇਕ 'ਚ, ਹਰੇਕ ਬੱਚੇ ਨੂੰ ਘੱਟੋ ਘੱਟ ਵੀ ਜੇ ਮੈਂ ਗੱਲ ਕਰਾਂ ਕਿ 1500 ਪਾਉਂਡ ਦੀ ਬੱਚੇ ਨੂੰ ਸਕਾਲਰਸ਼ਿਪ ਸਲਾਨਾ ਮਿਲੀ ਹੈ, ਔਰ ਵੱਧ ਤੋਂ ਵੱਧ ਜੇ ਆਪਾਂ ਗੱਲ ਕਰੀਏ ਤਾਂ 7000 ਪਾਉਂਡ ਦੀ ਸਕਾਲਰਸ਼ਿਪ ਹੈ ਉਹ ਬੱਚੇ ਨੂੰ ਮਿਲ ਰਹੀ ਹੈ। ਪਰ ਉਹ ਕਿਤੇ ਨਾ ਕਿਤੇ ਜਿਹੜਾ ਬੱਚਾ ਤਾਂ ਵੀ ਸਾਲ ਦੀ ਫੀਸ ਪੇ ਕਰ ਰਿਹਾ, ਉਹ ਬੱਚੇ ਨੂੰ ਬੈਨੀਫਿਟ ਬਹੁਤ ਜ਼ਿਆਦਾ ਹੋ ਰਹੇ ਨੇ, ਔਰ ਯੂਨੀਵਰਸਿਟੀ ਪਲੇਸਮੈਂਟ 'ਚ ਬਹੁਤ ਆਪਸ਼ਨ ਮਿਲ ਗਿਆ। ਜਿਹੜੇ ਬੱਚੇ ਮਾਸਟਰ ਲਈ ਸਾਡੇ ਗਏ ਸੀ ਉਹਨਾਂ ਨੂੰ ਪਲੇਸਮੈਂਟ ਦੀ ਆਪਸ਼ਨਾਂ ਆਉਣੀਆਂ ਸਟਾਰਟ ਹੋ ਚੁੱਕੀਆਂ ਨੇ, ਕਿਉਂਕਿ ਬੱਚੇ ਸਤੰਬਰ 'ਚ ਗਏ ਸੀ ਔਰ ਸਤੰਬਰ ਸੈਸ਼ਨ ਦੇ ਨੇੜੇ ਜਿਵੇਂ ਬੱਚੇ ਪਹੁੰਚਣੇ, ਉਹ ਹੁਣ ਤੋਂ ਇੰਟਰਵਿਊ ਨਾਲ ਸਟਾਰਟ ਹੋ ਚੁੱਕੇ ਨੇ ਔਰ ਬੱਚੇ ਕਾਫੀ ਵਧੀਆ ਉੱਥੇ ਗਰੋ ਵੀ ਕਰ ਰਹੇ ਨੇ। ਔਰ ਕਲਾਸਿਸ ਦੀ ਜੇ ਮੈਂ ਗੱਲ ਕਿ ਜ਼ਰੂਰ ਕਰਨਾ ਚਾਹੂੰਗਾ ਕਿ ਕੋਈ ਵੀ ਬੱਚਾ ਜਿਹੜਾ ਯੂਕੇ ਜਾ ਰਿਹਾ ਇਹ ਨਾ ਸੋਚੇ ਕਿ ਜੇ ਮੈਂ ਕਲਾਸਾਂ ਨਹੀਂ ਲਾਊਂਗਾ, ਯੂਨੀਵਰਸਿਟੀ ਨਹੀਂ ਜਾਊਂਗਾ ਤਾਂ ਮੇਰੀ ਡਿਗਰੀ ਕੰਪਲੀਟ ਹੋਊਗੀ, ਮੈਨੂੰ ਡਿਗਰੀ ਮਿਲੂਗੀ ਅਤੇ ਮੈਨੂੰ PSW ਮਿਲ ਜਾਊਗਾ। ਇਸ ਤਰ੍ਹਾਂ ਬਿਲਕੁਲ ਨਹੀਂ ਹੋਣਾ। ਜਿਹੜਾ ਬੱਚਾ ਆਪਣੀਆਂ ਕਲਾਸਾਂ ਪੂਰੀਆਂ ਲਗਾਊਗਾ, ਡਿਗਰੀ ਪ੍ਰੋਪਰ ਵਧੀਆ ਗ੍ਰੇਡ ਨਾਲ ਪਾਸ ਕਰੂਗਾ, ਉਸੇ ਬੱਚੇ ਨੂੰ PSW ਮਿਲਣਾ ਜੀ। ਸੋ ਜਿਹੜਾ ਬੱਚਾ ਕਲਾਸਾਂ ਲਾਊਗਾ, ਜਿਹੜਾ ਬੱਚਾ ਆਪਣੀ ਡਿਗਰੀ ਕੰਪਲੀਟ ਕਰੂਗਾ, ਆਪਣੀ ਕਲਾਸ ਡਰੋਪ ਨਹੀਂ ਕਰੂਗਾ, ਉਹਨੂੰ ਪੋਸਟ ਸਟੱਡੀ ਵਰਕ ਕ੍ਰੈਡਿਟਸ ਮਿਲਣਗੇ। ਔਰ ਬਹੁਤ ਜਲਦੀ ਜੋ ਸੁਣਨਾ ਚਾਹ ਰਿਹਾ ਉਹ ਵੀ ਆ ਰਿਹਾ ਕਿ ਯੂਕੇ ਵੱਲੋਂ ਪੰਜਾਬ ਦੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਪੁਆਇੰਟ ਬੇਸ ਸਿਸਟਮ ਦੇ ਆਧਾਰ 'ਤੇ ਨਾਗਰਿਕਤਾ ਦੇਣ ਦੀਆਂ ਗੱਲਾਂ ਚੱਲ ਰਹੀਆਂ ਨੇ। ਸੋ ਬੱਚਾ ਉੱਥੇ PR ਹੋ ਸਕਦਾ ਹੈ ਪੁਆਇੰਟ ਬੇਸ ਸਿਸਟਮ ਦੇ ਆਧਾਰ 'ਤੇ, ਉਹਦੇ ਲਈ ਹਜੇ ਥੋੜ੍ਹੀ ਜਿਹੀ ਵੇਟ ਕਰਨੀ ਪਊਗੀ, ਕਿਉਂਕਿ ਉਹ ਜਿਹੜਾ ਇਹ ਪ੍ਰਪੋਜ਼ਡ ਕੀਤਾ ਜਾ ਰਿਹਾ ਕਿ ਬਹੁਤ ਜਲਦੀ ਸ਼ੁਰੂ ਕੀਤਾ ਜਾਏਗਾ, ਸਟਿਲ ਹਜੇ ਸ਼ੁਰੂ ਨਹੀਂ ਹੋ ਪਾਇਆ, ਬਹੁਤ ਜਲਦੀ ਸ਼ੁਰੂ ਹੋ ਜਾਏਗਾ। ਔਰ ਬੱਚਿਆਂ ਨੂੰ ਜਵਾਬ ਦਿੱਤਾ ਜਾ ਰਿਹਾ, ਜਿਹੜੇ ਬੱਚੇ ਕਹਿੰਦੇ ਸੀ ਕਿ ਯੂਕੇ ਦੇ ਵਿੱਚ ਫਿਊਚਰ ਹੈ ਨੀਗਾ, ਸੋ ਫਿਊਚਰ ਤੁਹਾਨੂੰ ਦਿਖਾਇਆ ਜਾ ਰਿਹਾ, ਤੁਸੀਂ ਪੱਕੇ ਹੋ ਸਕਦੇ ਹੋ ਜੇਕਰ ਤੁਸੀਂ ਉੱਥੇ ਆਪਣੀ ਮਾਸਟਰਸ ਕੰਪਲੀਟ ਕਰਦੇ ਹੋ ਜਾ ਕੇ। ਜਿਹੜੇ ਬੱਚੇ ਜਾ ਕੇ ਸਿਰਫ ਉੱਥੇ ਪੜ੍ਹਦੇ ਨਹੀਂ ਆ, ਕੰਮ ਕਰੀ ਜਾਂਦੇ ਪਏ, ਅਪੁਆਇੰਟ ਉਹਨਾਂ ਦੇ ਨਹੀਂ ਬਣਨੇ, ਉਹ ਪੱਕੇ ਨਹੀਂ ਹੋ ਸਕਣਗੇ, ਉਹਨਾਂ ਨੂੰ ਅਲਟੀਮੇਟਲੀ ਜਦੋਂ ਯੂਨੀਵਰਸਿਟੀ ਨੇ ਨੋਟਿਸ ਦੇ ਦਿੱਤਾ, ਵੀਜ਼ਾ ਕੈਂਸਲ ਕਰਤਾ, ਰੀਵੋਕ ਕਰਤਾ, ਤਾਂ ਉਹਨਾਂ ਨੂੰ ਵਾਪਸ ਆਪਣੇ ਹੋਮ ਟਾਊਨ ਆਉਣਾ ਪਊਗਾ, ਪੰਜਾਬ, ਇੰਡੀਆ, ਭਾਰਤ ਪਰਤਣਾ ਪੈ ਸਕਦਾ ਹੈ। ਸੋ ਐਜੂਕੇਸ਼ਨ ਅਬਰੋਡ ਕੰਸਲਟੈਂਟ ਨੂੰ ਤੁਸੀਂ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ, ਜਾਂ ਇਹਨਾਂ ਦੇ ਸੈਕਟਰ 70C ਮੋਹਾਲੀ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਔਰ ਜਿਤਿੰਦਰ ਜੀ ਨੂੰ ਮਿਲ ਸਕਦੇ ਹੋ ਇਹਨਾਂ ਦਾ ਮੈਟ੍ਰਿਕਸ ਕਰ। ਮਨੀਸ਼ ਜੀ ਮਾਫੀ ਚਾਹੁੰਦਾ ਤੁਹਾਡੀ ਗੱਲ ਮੈਂ ਵਿੱਚ ਕੱਟ ਰਿਹਾ, ਇੱਕ ਮੈਂ ਖਾਸ ਜ਼ਰੂਰੀ ਚੀਜ਼ ਇੱਕ ਉਹਨਾਂ ਬੱਚਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਬੱਚੇ ਪੈਕੇਜ ਦੇ ਬੇਸ 'ਤੇ ਜਾ ਰਹੇ ਨੇ। ਰੀਸੈਂਟਲੀ ਮੈਨੂੰ ਕਿੱਸਾ ਵੀ ਤਾਂ ਯਾਦ ਆ ਕਿ ਕੱਲ੍ਹ ਕਿਸੇ ਬੱਚੇ ਦੀ ਮੈਨੂੰ ਕਾਲ ਆਈ, ਉਹਨਾਂ ਨੇ 21 ਲੱਖ ਦਾ ਕਿਸੇ ਕੰਸਲਟੈਂਟ ਨਾਲ ਪੈਕੇਜ ਕੀਤਾ ਚੰਡੀਗੜ੍ਹ ਦੇ ਵਿੱਚ, ਔਰ ਕੰਸਲਟੈਂਟ ਨੇ ਉਹਨਾਂ ਦੀ ਚੰਗੀ ਨਾਮੀ ਯੂਨੀਵਰਸਿਟੀ, ਮੈਂ ਯੂਨੀਵਰਸਿਟੀ ਦਾ ਨਾਮ ਵੀ ਇੱਥੇ ਲੈ ਸਕਦਾ ਕਿ ਬਰੂਕਸ ਯੂਨੀਵਰਸਿਟੀ ਵਿੱਚ ਬੱਚੇ ਦਾ ਅਪਲਾਈ ਕੀਤਾ ਸੀ, ਔਰ ਯੂਨੀਵਰਸਿਟੀ ਨੇ ਵੀ ਡੋਂਟ ਨੋ ਕਿਵੇਂ ਉਹਨਾਂ ਨੂੰ ਵਿਦਆਊਟ ਕੋਈ ਸਿੰਗਲ ਪੈਨੀ ਪੇ ਫੀਸ ਕੀਤਿਆਂ ਉਹਨਾਂ ਦੀ ਕੈਸ਼ ਲੈਟਰ ਆ ਗਈ ਉੱਥੋਂ। ਕੈਸ਼ ਲੈਟਰ ਦੀ ਫੀਸ ਸੀ ਮੈਂਸ਼ਨ ਬੱਚੇ ਦੀ 12,500 ਪਾਉਂਡ ਬੱਚੇ ਦੀ ਸਾਲ ਦੀ ਫੀਸ ਹੈ, ਔਰ ਬੱਚੇ ਨੇ ਕੈਸ਼ ਦੇ ਵਿੱਚ ਕੋਈ ਫੀਸ ਨਹੀਂ ਡਿਪੋਜ਼ਿਟ ਕਰਵਾਈ ਸੀ। ਸੋ ਬੱਚਾ ਯੂਕੇ ਦਾ ਵੀਜ਼ਾ ਵੀ ਆ ਗਿਆ ਬੱਚੇ ਦਾ, ਬੱਚਾ ਯੂਕੇ ਪਹੁੰਚ ਵੀ ਗਿਆ,
तो बच्चे ने कहा कि यूनिवर्सिटी ने अगो कन्फर्मेशन दी साडे कोल फीस नहीं आई। बच्चे ने एजेंट तो पूछा, एजेंट ने टीटी स्लिप भी बच्चे ने दिखाती कि साडे कोल टीटी स्लिप भी है, थोड़ी फीस भरी हुई है। सो वह कुड़ी नू बच्ची नू वापस आना पिया यूके तो जाके। सो अज की डेट च उन्होंने भी पता कि दोबारा वो बच्चा यूके नहीं जा सकता। सो जिहड़े बच्चे पैकेज कर रहे हैं अपना यह ध्यान रखो कि जेकर तुसीं 6 मंथ की फीस ना पैकेज कर रहे हो तो कैश दे विच चैक करो कि तुहाडी फीस 6 मंथ की पेड हैगी कि नहीं हैगी। जे साल की फीस का पैकेज है तो चैक करो कि साल की फीस पेड हैगी कि नहीं हैगी। वह ना हो तो साडा वीजे ते लग जाओ, तुसीं इह तो खुशियां भी मना जाओ। एजेंट दे जिहड़े अजकल नवा एक ट्रेंड चल रहा है, हरेक कोई कर रहा है कि सोशल मीडिया से टीवी से एड्स चलते कि साडे इन्हां बच्चों के वीजे लगे, साडी भी नो डाउट एड चलती है, पर वह ना होए इत्थे बाइट्स बन जाए, तुहाडी एड्स चल जाए, तुसीं तो ले जाओ और यूके जाके तो मुड़ना पे। सो तस्दीक कर लो अपनी जान तो पहले तो एजेंट किमें है, तुम किन्ने पैसे दे रहे हो, अपनी फीसा कोशिश कराया करो, खुद भरया करो कॉलेज यूनिवर्सिटियां। यूके की गल कर ली तो फिलहाल टीयर 4 के अंडर यूनिवर्सिटियां आदि, टायर 4 के अंडर यूनिवर्सिटियां में अपलाई करो, फीसिस भरो ताकि वीजे लग जा, कोई शंका ना रहे वीजा लगन तो बाद मना मुँह ही पैसा देंगे, उस तो बाद फिर वापस आ जा पाया जाता है, क्योंकि सिर्फ कंसल्टेंट थोड़ी फीस पूरी नहीं भर रहा। एजुकेशन ब्रॉड कंसल्टेंट तुम संपर्क कर सकते हो, यूके स्टडी वीजा लिए, ऑस्ट्रेलिया स्टडी वीजा लिए, शैनिगन स्टडी वीजा, थोड़ी जानकारी आप इतना यूके लगती शैनिगन की भी लड़ी, क्योंकि पहला भी शैनिगन में ही हूँ, चलो ब्रैगजिट होने तो बाद यूरोप का तो पार्ट है, बट शैनिगन का पार्ट नहीं थे जी। जो बच्चे की एलिजिबिलिटी यूके च नहीं बनती वह शैनिगन जाना चाहता, शैनिगन लिए ऑप्शन है। सो अज काफ़ी बच्चे ने मनीष जी अपने, जो आप मैं ओवरऑल इंडिया की गल करा, नॉर्थ इंडिया की गल करा, कि साडे बच्चों का एक जो मेन सुपना वो है कि असं बाहर जाके स्टडी करिए, कितना कितने बच्चों इतने ऑप्शन घट्ट मिलती हैं। सो बच्चा चाहता है कि इतने मैं 2-4 साल डिग्री करूँगा, बाद जॉब मिलनी है 10-15 हज़ार की। सो बैटर अच्छ बच्चा 10-15 लाख रुपया ला के बाहर जाता तो बच्चे एक सालाना जी आमदन है, एक मंथली इनकम है बच्चे की चंकी स्टार्ट हो जाती है। सो बच्चे जो एलिजिबल नहीं होंगे, कोई बच्चा आस्ट्रेलिया एलिजिबल नहीं हो पाता, या कोई कैनेडा लिए नहीं हो पाता, या कोई बच्चा जो यूके लिए भी एलिजिबल नहीं है, काफ़ी इदा के बच्चे ने जो परसेंटेज लो है 40-45% है उन्होंने, या उन्होंने स्टडी के गैप जो है, क्योंकि यूके जो आप पहला गल करिए तो गैप बहुत ज़्यादा लै रहा है, अज यूके गैप नहीं लै रहा, किसी ने 2012-13 बच्चा पास हो रहा है, यानी कि 8-10 साल का प्लस टू तो बाद बच्चे का गैप हो चुका है। और इतने या कोई बच्चा जिन्हें ग्रैजुएशन की है, जॉब कर रहा बच्चा, प्रॉपर उन्होंने सैलरी कोई चंगी नहीं मिल रही, तो वह बच्चा भी कितना कितने सोचता बाहर चला जा, पर गैप के कारण परसेंटेज लो के कारण या आयल्स ना होने के कारण बच्चा बाहर नहीं जा पा रहा। सो उन्हें बच्चों की जो ऑप्शन है कि बच्चा शैनिगन कंट्री जा सकता है, और शैनिगन के इनक कंट्री अभी डेट आ चुके हैं कि शैनिगन की हरेक कंट्री, असं नहीं कहते कि हरेक कंट्री तुम जाओ, हरेक कंट्री वधिया बेनीफिट ने, पर जी कंट्री की अच्छे अं गल करना चाहते हैं इतने उस कंट्री से जाके असं माल्टा की गल कर रहे हैं, इतने माल्टा के जाके प्रॉपर सैटल हो सकते हो, बच्चे को हरेक तरीके की ऑप्शन है, चाहे तो प्लस टू तो बाद काफ़ी 8-10 साल का गैप है, ग्रैजुएशन तो बाद गैप है, परसेंटेज तुहाडी घट है। और तीजी गल तुसी खास जी अजकल बच्चा चाहता है कि जी मैं फीस है वो वीजे तो पहला नहीं देनी, कि मेरा वीजा आ जाऊगा, मैंने श्योर हो जाऊगा कि मेरा वीजा आ चुका हूँ मैं जाना है, मैं फीस बाद च देनी है। सो जे बच्चे फीस बाद च देना चाहते हैं, गैप है या किसी कंट्री तो तुसी रिफ्यूजल हो, तो तुहाडे कोल शैनगन दे विच माल्टा कंट्री ऑप्शन है, तुसी माल्टा जा सकते हो। वीजे की फीस जी थोड़ी जिनी कॉलेज की फीस है, जो भी थोड़ी सारी फीस है, सारी की सारी फीस जो आफ्टर वीजा सूँ पे करनी है, पहला कोई भी पैसा तुम्हें नहीं पे करना। सो एक चंकी ऑप्शन है उन्होंने बच्चों लिए जो शायद यूके भी नहीं जा सकते, या किसी होर कंट्री को ऑप्शन नहीं बच जो बच्चा है। एक होर गल है कि खर्चा भी कोई नहीं कि 15-20 लाख रुपया थोड़ा लगना है, बड़ा मिनीमम जो खर्चा थोड़े को, मिनीमम जो खर्चे के शैनिगन कंट्री जाके पढ़ सकते हो, और शैनिगन एक कंट्री होने के ना थोड़े को बाकी भी 24-25 कंट्रीज का वीजा होंगे, सो कितने भी ट्रैवल कर सकते हो, कितने भी रह सकते हो, कितने भी काम कर सकते हो, थोड़े को काफ़ी वीड्डी ऑप्शन खुल के सामने आती है जी। सो शैनिगन जाना चाहते हो, पैसे वीजा लगन तो बाद देना चाहते हो, एजुकेशन अब्रॉड कंसल्टेंट संपर्क कर सकते हो, क्योंकि शैनिगन के नाम से अच्छे पंजाब के कुछ कंसल्टेंट काम जरूर कर रहे हैं, एडवांस 40-50 हज़ार लाख रुपया ले लेंगे, वीजा रिफ्यूज होने की सूरत कोई पैसा वापस नहीं मिलता। जेकर यूनिवर्सिटी की फीस भरते हो तो 6-6 महीने 7-7 महीने यूनिवर्सिटी की फीसा वापस नहीं आदियाँ, कॉलेजों की फीसा वापस नहीं आदियाँ। सो तो एक ऑप्शन लैके आए हैं फीस आफ्टर वीजा, फीस वीजा लगन तो बाद तुम फीस वीजा लगन तो बाद पे कर सकते हो, एजुकेशन अब्रॉड कंसल्टेंट तो जो जितेंद्र छाणा गलबात कर रहे हैं। सो जितने इस अलावा आस्ट्रेलिया साढ़े 5 बैंड से प्रमोट कर रहे हो जी, की लगता है कि 5.5 बैंड से आस्ट्रेलिया के जो वीजेज हैं वो आएंगे हूँ, क्योंकि असैसमेंट लैवल 3 इंडिया जी, इंडिया असैसमेंट लैवल 3 के और छेती ही मनीष जी भी खुशखबरी तुहाडे मंच से शायद आके असीं देवांगे कि इंडिया असैसमेंट लैवल 2 के भी होने के जो चांस ने शुरू हो चुके हैं, मे बी मई जून के इंडिया असैसमेंट लैवल 2 के दोबारा तो आ रहा है। और एक खास गल है कि 5.5 बैंड से वीजा जरूर आते हैं, पर कितना कितने बच्चे की एलिजिबिलिटी जी जरूर चैक होंगी है, ये नहीं कि बच्चे का गैप है, बच्चा 16-17 पास आउट है तो 5.5 बैंड से वीजा आजगा, यह नहीं कि बच्चा 45-50% वाला तो 5.5 बैंड से वीजा आजगा, यह नहीं कि किसी बच्चे के किन्ने इंग्लिश 32-35 नंबर ने और ओवरऑल परसेंटेज 50-55% है 60% है तो वह वीजा आजगा, कितना कितने जी परसेंटेज है
वो एक कोर सब्जेक्ट के भी देखी जाऊगी, ओवरऑल परसेंटेज भी घट्टो घट 55-60% थोड़ी होनी चाहिए है और कोर सब्जेक्ट भी नंबर थोड़े 55 to 60 के होने चाहिए है और आयल्स के बैंड जोड़े ने 5.5 थोड़े ओवरऑल हो, एक या दो मोड्यूल थोड़े 5 बैंड ने तो भी तुम आस्ट्रेलिया का जो स्टूडेंट वीज़ा है वह अपलाई कर सकते हो। पर जेकर जरा केस है अपलाई होगा स्टूडेंट वीज़ा अपलाई होगा तो डिप्लोमा बेस से तुम जाओगे, तुम डायरैक्टली डिग्री ले नहीं जा सकते और जोड़े बच्चे चाहते हैं किसी डिग्री लिए जाना या डी टू डी प्रोग्राम लिए जाना उन्होंने बच्चों की जी परसेंटेज है घट्टो घट 60% जेकर CBSE बोर्ड तो पढ़े हुए हो, 65% जेकर स्टेट बोर्ड तो पढ़े हुए हो और ओवरऑल बैंड स्कोर 6 चाहिए और ईच मोड्यूल जेकर 5 या 5.5 बैंड किसी एक या दो मोड्यूल है तो डी टू डी ऑप्शन लै सकते हो या डिग्री ऑप्शन लै सकते हो। पर जो 5.5 वाले बच्चे ने और चाहते हैं कि अभी सिर्फ आस्ट्रेलिया ही अपलाई करना है ये सिर्फ उन्होंने खास ऑप्शन है कि तुम डिप्लोमा प्रोग्राम में जा सकते हो, पर जरूरी है कि तुम्हारी परसेंटेज चंकी हो, गैप ना हो 18 या 2019 पास आउट जो बच्चा सिर्फ उस बच्चे लिए ऑप्शन है और ये खास ऑप्शन यही है कि बच्चा जी कॉलेज की फीस है वो सारी की सारी फीस बच्चा आफ्टर वीज़ा दे सकता है, ये कोई यही है कि तुम्हें कोई $1,000 या $2,000 पहला पे करनी है, सारी की सारी फीस जी बच्चे की कॉलेज की बच्चा वीज़े तो बाद पे कर सकता है, कोई पैकेज नहीं है कि तुम्हें वीज़े तो बाद 10 लाख देना है या 15 लाख देना है या 5 लाख देना है, जिनी बच्चे की ऑफर लैटर से कॉलेज की फीस मैनशन है वो फीस ही सिर्फ बच्चे ने कॉलेज पे करनी है जी। सो ये मार्केट के चर्चा ही आ रही है कि 12वीं पास स्पाउस नाल चल जाता है, सो की जाता है स्पाउस आस्ट्रेलिया के? बिल्कुल मैं इस गल मना करता इतने कि जो प्लस टू पास तो बाद जो आप गल करिए कि आस्ट्रेलिया में स्पाउस नाल जाने की गल बिल्कुल झूठ है, क्योंकि एक बच्चा जो प्लस टू पास करता तो मेरे अकॉर्डिंग वो बच्चा 17 या 18 साल का होगा, क्योंकि जिथे आप गल करें कि बच्चे का गैप नहीं चलना, सो जिदी एज 18 साल होगी वो बच्चे का चलो मैं मानता कि गैप नहीं होगा, जिदी एज ही विआह दी हुण ओ है कि बच्चा प्लस टू करके नाल दी नाल विआह भी होगा, बच्चा बाहर भी अपलाई कर रहा है कितने ना कितने गवर्नमेंट उस बच्चे जी टी क्राइटेरिया के अंडर जेनवन नहीं मानती। सो जेकर तुसी प्लस टू पास आउट हो, मैरिज हो चुकी है, बाहर जाना चाहते हो, 18-19 पास आउट आस्ट्रेलिया जा सकते हो, पर स्पाउस तुहाडा तो घट्टो घट्ट भी 3 महीने बाद अपलाई होगा और वीज़ा आने के भी घट्टो घट 3 महीने लगनगे, यानी 5 to 6 months का टाइम लगेगा जेकर तुसी अपने आस्ट्रेलिया स्पाउस नाल ट्रैवल करना चाहते हो। पर जे तुसी चाहते हो कि तुसी डे 1 तो ट्रैवल करो, तुसी इकट्ठे ट्रैवल करो, इकट्ठे उत्थे रहो, तो बच्चे नूं घट्टो घट इतों ग्रैजुएट होना जरूरी है, जिहड़ा बच्चा मास्टर लई जाऊगा फंडिंग शो होगी प्रॉपरली स्पाउस की भी होगी, तुहाडे मेन एप्लीकेंट के नाल नाल स्पाउस के लिविंग एक्सपेंस रिटर्न फिर शो करने पैणगे और कुछ यूनिवर्सिटियां की यह भी डिमांड है कि जिहड़ा स्पाउस है पढ़िया लिखा भी होना जरूरी है, स्पाउस की इनकम टैक्स रिटर्न तक होना जरूरी है, स्पाउस की सोर्स ऑफ इनकम होना जरूरी है, तो यूनिवर्सिटियां बच्चे जी टी क्लीयर कर रही ने। जे आप कॉलेजेस की गल करिए डिप्लोमे जाना स्पाउस नाल नहीं जा सकता जी। सो एक आखिरी सवाल, आप पहले यूके की गल की फिर आप शेनेगन की गल की फिर आप आस्ट्रेलिया की गल की, ये तीनों में इनटेक कि है? इनटेक जो आप यूके की गल करिए बैचलर लिए और मास्टर लिए मई इनटेक भी स्टार्ट ऑलमोस्ट खत्म होने वाला है, हूँ सितंबर इनटेक स्टार्ट हो जाएगा वो अपलाई कर सकते हो। आस्ट्रेलिया जो डिप्लोमा की गल करिए बच्चे को अप्रैल मई इनटेक है, जे बच्चा डिग्री से जाना चाहता है तो आस्ट्रेलिया बच्चा July 2020 इनटेक अपलाई कर सकता है, और जे आप शेनगन की गल करिए बच्चा माल्टा जाना चाहता है वह बच्चे को मई इनटेक अवेलेबल और मई इनटेक के लिए समय जोड़ा 8 to 10 दिन का थोड़े को समय, तुम जेकर हमने अपलाई करोगे तो जाके वीज़ा मई इनटेक का लै सकते हो और एक चंकी ऑप्शन है, तुम सारे के सारे जो पैसे ने वीज़े तो बाद देने जेकर शेनगन स्टडी वीज़ा के लिए जा रहे हो। सो यूके स्टडी वीज़ा जाना चाहते हो पैसे वीज़ा लगन तो बाद दे सकते हो, आस्ट्रेलिया जाना चाहते हो पैसे वीज़ा लगन तो बाद दे सकते हो, शेनगन जाना चाहते हो पैसे वीज़ा लगन तो बाद दे सकते हो। सो अज का शो खास तौर पर उन्होंने बच्चों ने जो 12वीं पास ने और एक वड्डी अनाउंसमेंट बहुत वड्डी अनाउंसमेंट वो बच्चों लिए जिहड़े बच्चे 10वीं पास ने जिन्होंने 10th की है वो बच्चे भी शेनगन स्टडी वीज़ा पर हुण जा सकणगे। तुसीं बिल्कुल सही सुन रहे हो, जिहड़े बच्चों ने 10वीं पास की है वह भी हुण शेनगन स्टडी वीज़ा पर जा सकणगे पैसे वीज़ा लगन तो बाद। 12वीं पास बच्चे शेनगन आस्ट्रेलिया यूके जाना चाहते हैं पैसे वीज़ा लगन तो बाद, ग्रैजुएट बच्चे आस्ट्रेलिया कैनेडा शेनगन यूके जाना चाहते हैं पैसे वीज़ा लगन तो बाद, मास्टर्स बच्चे शेनगन जाना चाहते हैं पैसे वीज़ा लगन तो बाद। सो तुसी 10वीं पास हो 12वीं पास हो ग्रैजुएट हो शेनगन जाना चाहते हो या फिर तुसी मास्टर की है पैसे वीज़ा लगन तो बाद, प्लस टू पास हो ग्रैजुएट हो यूके जाना चाहते हो पैसे वीज़ा लगन तो बाद, 12वीं पास हो रीसेट नंबर चंगे है बैंड स्कोर चंगा है आस्ट्रेलिया जाना चाहते हो पैसे वीज़ा लगन तो बाद दे सकते हो, एजुकेशन अब्रॉड कंसल्टेंट मिल सकते हो Sector 70C मोहाली तो। जितेंद्र जी असा खास तौर पर गलबात करने स्टूडियो में आए, सो आओ कुछ एक बच्चे मिलाने जिन्होंने एजुकेशन अब्रॉड कंसल्टेंट राही वीज़ा हासिल किए, तुम भी उन्होंने एक हो सकते हो। जितेंद्र जी बहुत बहुत शुक्रिया गलबात कर। हाँ जी, मेरा नाम दीपक शर्मा तो मैं पटियाला तो बिलोंग करता ब्रदर, तो मैं अपनी वाइफ का पहला फाइलिंग करवाई थी ना तो स्टडी की UWS की, तो बिजनेस का कोर्स लेके गए अपना, तो उन्होंने वीज़ा भी प्रॉपर आया सगा, एज कि मैं मेरी प्रोफाइल बहुत खराब सी
बट फिर भी ब्रदर ने मेरी बहुत हेल्प की है तो मैं वीज़ा लैन के बहुत मेरी मदद की है तो मेरा वीज़ा प्रॉपर आया भी है देखो थोड़े तो सामने मेरा वीज़ा तो डिपेंडेंट वीज़ा मेरा 2023 तक वैलिड है तो मैं उम्मीद है नहीं सी कोई भी मेरी इदा की प्रोफाइल होने करके मेरा वीज़ा आएगा तो मेरा वीज़ा वीज़ा फिर भी आ गया है मैं बहुत धन्यवाद कर देना तो एजुकेशन अब्रोड से इस टाइम मैं खड़ा जिंदर बाई जी ने इतने तो जिन्होंने अपना काम करवा के दिता बहुत बहुत धन्यवाद बी थोड़ा काम कराने सत श्री अकाल जी मेरा नाम सजन सिंह है मैं मोगे तो बिलोंग करता मैं अपनी प्लस टू 2018 पास आउट की उदू बाद मैं जतेंद्र सर के ऑफिस गया उन्होंने मैंने यूके लिए विदाउट आयल्स लिए रेकमेंड किया उदू बाद मैं अपनी फाइल लगाई एक दिन के अब मेरा वीज़ा आ गया मैं स्पैशल थैंक्स करता सर का उन्होंने स्टाफ का तो मैं थोनों भी यही रिकमेंड करता कि जिन्होंने अपनी फाइल यूके बनारस तो लानी है वो इतने आ गए एक बार सर ने जरूर मिलन सत श्रीकाल जी मेरा नाम संदीप सिंह है मैं डिस्ट्रिक्ट हुशियारपुर तो बिलोंग करता मैं 2014 बी बी ए इन कमर्स स्ट्रीम की सी जिद 47% मार्क्स है मेरे तो उस तो बाद 6 साल का गैप सगा मेरा तो मैं एजुकेशन कंसल्टेंट अब्रॉड तो अपनी फाइल अपलाई की यूके लिए जिन्होंने मेरा एक दिन के वीज़ा मैं प्रोवाइड करता तो आई एम वेरी थैंकफुल टू जतेंद्र सर एंड नवनीत मैम जिन्होंने मेरा मेरी बहुत सपोर्ट की तो मेरी फाइल वन च बहुत ज़्यादा मदद की तो मैं अपना ई वीज़ा मेरे हाथ है तो नाउ आई एम गोइंग टू यूके थैंक यू वेरी मच सत श्री अकाल जी मेरा नाम अंकुश गोयल है मैं पटियाले तो बिलोंग करता हाँ अज मेरा यूके का वीज़ा आ चुका है मैं बी कॉम 2018 के कंप्लीट की है मैं एजुकेशन अब्रॉड तो विदाउट आयल्स वीज़ा लगाया तो अज मेरी मेरा वीज़ा आ चुका है सत श्री अकाल जी मेरा नाम लवप्रीत कौर है तो मैं नवांशहर तो बिलोंग करती हाँ मैं अपना यूके लिए वीज़ा एजुकेशन अब्रॉड तो जैन इन टेक अप्लाई किया और अगर मैं अपनी स्टडी की गल करा तो मैं प्लस टू अपनी जो कि है 2012 कंप्लीट करी से और उस तो बाद मेरे को जॉब का एक्सपीरियंस है तो फाइनली तुसी देख सकते हो कि मैं अपना यूके का वीज़ा 4 दिन सत श्री अकाल जी मेरा नाम करणवीर सिंह तो मैं खन्ने शहर तो रहने वाला तो अज मैं बहुत खुश हाँ मेरा यूके का तुसी देख सकते हो स्टडी वीज़ा आ चुका है मैं अपना केस एजुकेशन अब्रॉड कंसल्टेंट के थ्रू अप्लाई किया मैं स्टडी अपनी 2016 करी सी प्लस टू उस तो बाद मेरा गैप सीगा एंड आफ्टर प्लस टू मैं आयल्स की आयल्स मेरे ओवरऑल 6 not less than 5.5 सी दैन मैं अपना केस अप्लाई किया एजुकेशन अब्रॉड कंसल्टेंट के थ्रू मेरा अज भी आ चुका मैं बहुत खुश हाँ तो स्पैशली मैं थैंक यू करना चाहना जतेंद्र सर तो नवदीत मैम का एंड प्लस मेरी एक स्कॉलरशिप भी लगी है 9,000 pounds की तो मैं वो भी बहुत खुश हाँ मेरा नाम बबली कौर है मैं राजपुरा तो बिलोंग करती हाँ मैं प्लस टू 2016 के पास की सी मेरा 2 साल का गैप भी सी फिर मैं एजुकेशन अब्रॉड कंसल्टेंट विजिट किया जतेंद्र सर और उन्होंने स्टाफ मैंबर ने मैं बहुत वधिया गाइड किया अज मेरा एक दिन च वीज़ा आया है तो मैं बहुत खुश हाँ कि मैं उन्होंने बहुत वधिया गाइड किया मेरा वीज़ा आया तुम भी इतने विजिट करो सत श्री अकाल मेरा नाम जसवीर सिंह है मैं लुधियाने तो बिलोंग करता मैं अपनी प्लस टू 2019 पास की सी तो उस तो बाद मैं जतेंद्र सर के ऑफिस गया तो सर ने मैं एडवाइस किया कि तुम विदाउट आयल्स भी जा सकते हो इस करके मैं नाल ही अपलाई कर लिया अपने यूके का वीज़ा तो अब मेरा यूके का वीज़ा 3 दिन आ गया तो उस तो बाद की खुशी की गल है कि मेरा मेरी स्कॉलरशिप भी लगी है यूनिवर्सिटी ऑफ स्टिलिंग 9,000 pounds की तो इस करके मैं जतेंद्र सर उन्होंने स्टाफ का बहुत बहुत धन्यवाद ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਕੌਰ ਹੈ ਮੈਂ ਪਿੰਡ ਘੁੰਮਣ ਕਲਾਂ ਡਿਸਟ੍ਰਿਕਟ ਬਠਿੰਡਾ ਤੋਂ ਬਿਲੋਂਗ ਕਰਦੀ ਹਾਂ ਮੈਨੇ ਆਪਣਾ ਵੀਜ਼ਾ ਐਜੂਕੇਸ਼ਨ ਅਬਰਾਡ ਕੰਸਲਟੈਂਟ ਤੋਂ ਅਪਲਾਈ ਕੀਤਾ ਅਤੇ ਇਹਨਾਂ ਨੇ ਮੇਰਾ 8 ਦਿਨਾਂ ਵਿੱਚ ਮੇਰਾ ਵੀਜ਼ਾ ਮੰਗਵਾ ਦਿੱਤਾ ਮੈਂ ਤੁਹਾਨੂੰ ਸਭ ਨੂੰ ਇਹੀ ਕਹਿਣਾ ਚਾਹਾਂਗੀ ਜੇ ਤਾਂ ਤੁਸੀਂ ਆਪਣਾ ਯੂਕੇ ਸਟੱਡੀ ਵੀਜ਼ਾ ਅਪਲਾਈ ਕਰਨਾ ਹੋਵੇ ਤਾਂ ਤੁਸੀਂ ਇਹਨਾਂ ਕੋਲ ਆ ਸਕਦੇ ਹੋ ਅਤੇ ਆਪਣਾ ਵੀਜ਼ਾ ਮੰਗਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਪਰਮਿੰਦਰ ਕੌਰ ਹੈ ਮੈਂ ਜਲੰਧਰ ਸ਼ਹਿਰ ਦੀ ਰਹਿਣ ਵਾਲੀ ਹਾਂ ਮੈਂ 2017 ਵਿੱਚ ਆਪਣੀ ਪਲੱਸ ਟੂ ਕੀਤੀ ਸੀ ਅਤੇ ਹੁਣ ਮੈਂ ਨਾ ਐਜੂਕੇਸ਼ਨ ਅਬਰੋਡ ਕੰਸਲਟੈਂਟ ਤੋਂ ਆਪਣਾ ਯੂਕੇ ਦਾ ਵੀਜ਼ਾ ਅਪਲਾਈ ਕੀਤਾ ਹੈ ਅਤੇ ਮੇਰਾ 2 ਈਅਰ ਦਾ ਗੈਪ ਸੀਗਾ ਐਂਡ ਆਫਟਰ ਦੈਟ ਹੁਣ ਮੈਂ ਆਪਣਾ 1 ਹਫ਼ਤੇ ਵਿੱਚ ਵੀਜ਼ਾ ਪਾਇਆ ਹੈ ਮੇਰਾ ਸਪਾਊਸ ਕੇਸ ਸੀ ਅਤੇ ਮੈਂ ਆਪਣੇ ਵੱਲੋਂ ਜਤਿੰਦਰ ਸਰ ਅਤੇ ਸਾਰੇ ਐਜੂਕੇਸ਼ਨ ਅਬਰੋਡ ਕੰਸਲਟੈਂਟ ਦੀ ਟੀਮ ਦਾ ਧੰਨਵਾਦ ਕਰਦੀ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਮਨਪ੍ਰੀਤ ਕੌਰ ਹੈ ਮੈਂ ਬੀਟੈਕ ਕੀਤੀ ਹੈ ਇਹ ਗਲੋਬਲ ਇੰਸਟੀਟਿਊਟ ਤੋਂ 2015 ਵਿੱਚ ਮੇਰਾ 4 ਸਾਲ ਦਾ ਗੈਪ ਹੈ ਅੱਜ ਮੈਂ ਯੂਕੇ ਦਾ ਵੀਜ਼ਾ ਪਾਇਆ ਹੈ ਇਹ ਸਾਰਾ ਕੁਛ ਜਤਿੰਦਰ ਸਰ ਦੇ ਕਰਕੇ ਹੋਇਆ ਜਿਨ੍ਹਾਂ ਨੇ ਮੈਨੂੰ ਬਹੁਤ ਵਧੀਆ ਗਾਈਡਨੈਂਸ ਦਿੱਤੀ ਅਤੇ ਅੱਜ ਫਾਈਨਲੀ ਮੈਂ ਯੂਕੇ ਦਾ ਵੀਜ਼ਾ ਪਾਇਆ ਹੈ